ਨਾਨਕ ਸ਼ਹਿਰ ਦੇ ਰੇਲਵੇ ਚੌਂਕ ਵਿਖੇ ਸਥਿਤ ਸ਼ਹਿਰ ਦੇ ਨਾਮਵਰ ਖਾਲਸਾ ਹੋਟਲ ਬੀਤੀ ਦੇਰ ਰਾਤ ਕਰੀਬ 1:30 ਵਜੇ ਅੱਗ ਦੀ ਲਪੇਟ ਵਿੱਚ ਆਉਣ ਕਾਰਨ ਹੋਟਲ ਵਿੱਚ ਪਿਆ ਲੱਖਾਂ ਰੁਪਏ ਦਾ ਸਮਾਨ ਕੁਝ ਹੀ ਮਿੰਟਾਂ ਦੇ ਵਿੱਚ ਸੜ ਕੇ ਸਵਾਹ ਹੋ ਗਿਆ। ਜਿਸ ਦੀ ਸੂਚਨਾ ਮਿਲਦੇ ਹੀ DSP ਤਲਵੰਡੀ ਸਾਬੋ, ਮਨੋਜ ਕੋਰਸੀ, SHO ਰਾਮਾ, ਪਰਵਿੰਦਰ ਸਿੰਘ ਸੇਖੋਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪੁੱਜੀ ਤੇ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ ਤੇ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਜਦੋਂ ਇਸ ਸਾਰੇ ਮਾਮਲੇ ਸੰਬੰਧੀ ਹੋਟਲ ਮਾਲਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ, ਤੁਸੀਂ ਵੀ ਸੁਣੋ। ਇਹ 2:45 ਤੋਂ ਲੈ ਕੇ ਜੀ 3:45 ਵਜੇ ਤੱਕ ਤੇ ਹਾਦਸੇ ਬਾਰੇ ਕੁਝ ਨਹੀਂ ਕਹਿ ਸਕਦੇ ਅਸੀਂ ਵੀ ਹਾਦਸਾ ਕਿਸ ਤਰ੍ਹਾਂ ਹੋਇਆ, ਕਿਵੇਂ ਹੋਇਆ। ਅਸੀਂ ਤਾਂ ਜਾ ਕੇ ਅਸੀਂ 2:45 ਗਏ, ਸਾਡੇ ਮੁਲਾਜ਼ਮਾਂ ਦਾ ਫੋਨ ਆਇਆ ਤੇ ਅਸੀਂ ਉਸ ਹਿਸਾਬ ਨਾਲ ਉੱਥੇ ਗਏ ਹਾਂ ਤੇ ਅਸੀਂ ਦੇਖਿਆ ਤਾਂ ਅਸੀਂ ਅੱਗ ਲੱਗੀ ਵੀ ਸੀ, ਧੂੰਆਂ ਨਿਕਲ ਰਿਹਾ ਸੀਗਾ। ਉਹ 'ਚ 3-4 ਫਰਿੱਜ ਸੀਗੇ ਜੀ, ਫਰਿੱਜ 4 ਫਰਿੱਜ ਸੀਗੇ, ਫਰਨੀਚਰ ਸੀਗਾ ਅਤੇ ਕਾਊਂਟਰ ਸੀਗੇ 4 ਅਤੇ ਫਿਟਿੰਗ ਸੀਗੀ, ਫਰਸ਼ ਸੀਗਾ, ਸੀਲਿੰਗ ਸੀਗੀ ਉੱਪਰਲੀ ਅਤੇ ਫਰਨੀਚਰ ਕਾਫੀ ਫਰਨੀਚਰ ਸੀਗਾ ਉੱਤੇ ਅਤੇ ਬਾਕੀ ਇੱਕ ਓਵਨ ਸੀਗਾ ਉਹ ਵੀ ਅਤੇ ਪਾਣੀ ਵਾਲਾ ਕੈਂਪਰ ਡਿਸਪੈਂਸਰ ਸੀ, ਬਹੁਤ ਮਹਿੰਗਾ ਸੀ ਉਹ ਵੀ ਸਾਰਾ ਡਿਸਟਰੋਏ ਹੋ ਗਿਆ। ਜਾਨੀ ਨੁਕਸਾਨ ਦੀ ਕੋਈ ਨਹੀਂ ਹੋਇਆ, ਸਾਰੀ ਬੱਚੇ ਤਰੀਕ ਮਾਰੇ। ਹਾਂਜੀ ਹਾਂਜੀ, ਉੱਥੇ ਰੈਂਟ ਸੀਗੇ ਜੀ। ਕਿੰਨੇ ਬੰਦੇ ਰਹਿ ਰਹੇ ਸੀ ਉੱਥੇ? ਉੱਥੇ 5-6 ਬੰਦੇ ਰਹਿ ਰਹੇ ਸੀ ਜੀ। ਤੁਹਾਡੇ ਮੁਲਾਜ਼ਮ ਕਿੰਨੇ ਸੀ? ਸਾਡੇ ਮੁਲਾਜ਼ਮ 5-6 ਬੰਦੇ ਸੀ। ਫਿਰ ਕਿਵੇਂ ਕੱਢਿਆ ਉਹਨਾਂ ਨੂੰ ਬਾਹਰ? ਉਹਨਾਂ ਨੇ ਮੁਲਾਜ਼ਮ ਸਾਡੇ ਪਹਿਲਾਂ ਆ ਕੇ ਸਾਡੇ ਬਾਹਰ ਆ ਗਏ ਸੀ, ਉੱਪਰੋਂ ਦੀ ਆ ਕੇ ਸਾਡੇ ਉੱਪਰ ਦੀ ਐਗਜਿਸਟ ਹੈਗੀ ਹੈ ਅਤੇ ਜਿਹੜੇ ਸਾਡੇ ਕਸਟਮਰ ਹੈਗੇ ਆ ਉਹ ਵੀ ਕੁਛ ਬਾਹਰ ਆ ਗਏ ਸੀ, 2-3 ਰਹਿ ਗਏ ਸੀ, ਉਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੇ ਕੱਢੇ ਸੀ ਉੱਥੇ ਬਾਹਰ। ਕਿੱਥੋਂ ਆਈ ਫਾਇਰ ਬ੍ਰਿਗੇਡ? ਕਿਹੜੇ ਆਈ ਸੀ? ਇੱਕ ਤਾਂ ਰਫੈਨੀ ਚੋਂ ਆਈ ਸੀ, ਇੱਕ ਬਠਿੰਡੇ ਤੋਂ ਆਈ ਸੀ। ਹਾਂਜੀ, ਉਹ ਪੂਰਾ ਸਹਿਯੋਗ ਮੇਰੇ ਸਾਸੀ ਬੋਬੀ ਲਹਿਰੀ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਮੇਂ 'ਤੇ ਆ ਕੇ ਸਾਡਾ ਬਹੁਤ ਮਾਣ ਸਾਨੂੰ ਰੱਖਿਆ ਅਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਕੋਈ ਕਾਰਨ ਪਤਾ ਲੱਗਿਆ ਜਿਹੜੀ ਅੱਗ ਲੱਗੀ ਹੈ? ਕਾਰਨ ਤਾਂ ਨਹੀਂ ਪਤਾ ਲੱਗਿਆ ਜੀ। ਤੁਹਾਨੂੰ ਕੀ ਲੱਗਦਾ? ਸਾਨੂੰ ਨਿਖਸਤ ਪ੍ਰਸ਼ਾਸਨ ਤੋਂ, ਪੁਲਿਸ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਹਾਂ ਵੀ ਇਹਦੀ ਜਾਂਚ ਕੀਤੀ ਜਾਵੇ ਅਤੇ ਸਾਨੂੰ ਸਹੀ ਨਿਆਂ ਦਿੱਤਾ ਜਾਵੇ। ਸਰਕਾਰ ਤੋਂ ਮੰਗ ਕਰਦੇ ਕਹਿੰਦੇ ਸਾਨੂੰ ਵੀ ਇਸ ਦਾ ਮੁਆਵਜ਼ਾ ਦਿੱਤਾ ਜਾਵੇ। 8-10 ਲੱਖ ਦਾ ਨੁਕਸਾਨ ਹੋ ਗਿਆ ਜੀ, 8-10 ਨਿਰਭਾਉਟੇ ਦਾ ਹੈਗਾ ਜੀ ਹੈਗਾ ਜੀ, ਅਤੇ ਸਾਨੂੰ ਇਹਦਾ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਜਾਵੇ। ਜਦੋਂ ਇਸ ਸਾਰੇ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਬੀਤੀ ਰਾਤ ਹੋਟਲ ਦੀ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੁਆਰਾ ਐਂਬੂਲੈਂਸ ਮੁਹੱਈਆ ਕਰਾਈ ਗਈ ਅਤੇ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਗਿਆ, ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਪੁਲਿਸ ਦੁਆਰਾ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਵੇਂ ਵੀ ਹੋਏਗਾ ਉਸ ਮੁਤਾਬਿਕ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ। ਸੀਗਾ ਉਹਦੇ 'ਤੇ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਨੇ ਕਿਹੜਾ ਹੈਗਾ ਅਲੱਗ ਅਲੱਗ ਇਹਦੇ ਦੁਆਰਾ ਹੈਲਪਸ ਕਲੱਬ ਦੁਆਰਾ ਮੌਕੇ 'ਤੇ ਜਾ ਕੇ ਕਿਹੜਾ ਹੈਗਾ ਐਂਬੂਲੈਂਸ ਵੀ ਮੁਹੱਈਆ ਉਹਨਾਂ ਨੇ ਕਰਵਾਈਆਂ ਅਤੇ ਕਿਹੜਾ ਹੈਗਾ ਫਾਇਰ ਬ੍ਰਿਗੇਡ ਦੀ ਮਦਦ ਨਾਲ ਮੌਕੇ 'ਤੇ ਅੱਗ ਨੂੰ ਕਾਬੂ ਪਾਇਆ ਗਿਆ ਅਤੇ ਇਸ ਸੰਬੰਧੀ ਕਿਹੜਾ ਹੈਗਾ ਅੱਗ ਲੱਗਣ ਦੇ ਕਾਰਨਾਂ ਬਾਰੇ ਕਿਹੜਾ ਹੈਗਾ ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਿਸ ਸੰਬੰਧੀ ਕਿਹੜੀ ਹੈਗੀ ਆ ਵੱਖਰੇ ਤੌਰ 'ਤੇ ਕਿਹੜੀ ਹੈਗੀ ਇਸ ਦੀ ਰਿਪੋਰਟ ਕਰੀ ਜਾਵੇਗੀ। ਰਾਮਾ ਮੰਡੀ ਤੋਂ ਪਰਮਜੀਤ ਲਹਿਰੀ ਦੀ ਰਿਪੋਰਟ, N7 ਨਿਊਜ਼।